ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਫਿਰੋਜ਼ਪੁਰ। ਦੁੱਖ ਭਰੀ ਖਬਰ ਹੈ ਦੋਸਤੋ ਕਿ ਇੱਕ ਐਕਸੀਡੈਂਟ ਦੇ ਵਿੱਚ ਦੋ ਜਾਨਾਂ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਇੱਕ ਬਹੁਤ ਜ਼ਬਰਦਸਤ ਐਕਸੀਡੈਂਟਸ ਦੇ ਵਿੱਚ ਦੋ ਜਾਨਾਂ ਦਾ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਘਾਟਾ ਹੈ। ਅਸਲ ਵਿੱਚ ਇਹ ਕਿੱਥੋਂ ਦੀ ਖਬਰ ਹੈ, ਕਿਸ ਤਰ੍ਹਾਂ ਹੋਇਆ ਸਾਰਾ ਕੁਛ, ਪੂਰੀ ਜਾਣਕਾਰੀ ਵਾਸਤੇ ਮੇਰੇ ਨਾਲ ਸੁਖਚੈਨ ਜੀ ਜੁੜ ਚੁੱਕੇ ਨੇ ਫਿਰੋਜ਼ਪੁਰ ਤੋਂ। ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸੁਖਚੈਨ ਜੀ, ਕੀ ਅਪਡੇਟ ਹੈ ਇਸ ਦੁੱਖ ਭਰੀ ਖਬਰ ਨੂੰ ਲੈ ਕੇ? ਸਰ, ਅਪਡੇਟ ਸੰਘਣੀ ਧੁੰਦ ਕਰਕੇ ਜਿਹੜਾ ਐਕਸੀਡੈਂਟ ਹੋਇਆ, ਇੱਕ ਦੁੱਖ ਘਟਨਾ, ਦੁੱਖਦਾਈ ਘਟਨਾ ਆਈ ਹੈ। ਮਤਲਬ ਇਹ ਕਿਸੇ ਦੀ ਜ਼ਿੰਦਗੀਆਂ ਬਚਾਉਣ ਵਾਲੇ ਖੁਦ ਹੀ ਆਪ ਹੀ ਮਤਲਬ ਰੱਬ ਨੂੰ ਅਲਵਿਦਾ ਹੋ ਗਏ। ਇਹ ਜਿਹੜੇ ਦੋ ਜਾਨਾਂ ਗਈਆਂ ਨੇ, ਇਹ ਕਾਸ ਤੇ ਸੀਗੇ, ਮੋਟਰਸਾਈਕਲ ਤੇ ਸੀ ਜਾਂ ਕਾਰ ਦੇ ਵਿੱਚ ਸੀਗੇ? ਇਹ ਗੱਡੀ ਤੇ, ਫਿਰ ਗੁਰੂਸਰ ਤੋਂ ਗੱਡੀ ਤੇ ਗਏ ਸੀਗੇ। ਕਿਸੇ ਦੀ ਜਾਨ ਬਚਾਉਣ ਵਾਸਤੇ ਕਿਸੇ ਨੂੰ ਲੈ ਕੇ ਗਏ ਸੀ ਹੋਸਪਿਟਲ ਬਿਆਸ। ਉਹਨਾਂ ਨੂੰ ਛੱਡ ਕੇ ਆ ਰਹੇ ਸੀਗੇ, ਜਦੋਂ ਛੱਡ ਕੇ ਵਾਪਸੀ ਆ ਰਹੇ ਸੀਗੇ, ਮੱਲਾਂ ਵਾਲੇ ਰਸਤੇ ਦੇ ਵਿੱਚ ਇੱਕ ਤਕੋਨੀ ਸੀ। ਤਕੋਨੀ ਦੇ ਵਿੱਚ ਕੋਈ ਤੇਜ਼ ਰਫਤਾਰ ਸੀਗੀ, ਤੇਜ਼ ਰਫਤਾਰ ਨਾਲ ਜੋ ਧੁੰਦ ਸੰਘਣੀ ਧੁੰਦ ਕਰਕੇ ਉਹਦਾ ਹਾਦਸਾ, ਜਿਹੜਾ ਇੱਕ ਸ਼ਪੈਦੇ ਦੇ ਵਿੱਚ ਗੱਡੀ ਜਿਹੜੀ ਟਕਰਾ ਗਈ ਹੈ। ਮੌਕੇ ਤੇ ਹੀ ਦੋਨਾਂ ਦੀ ਇੱਕ ਦੋਸਤ ਸੀਗਾ ਔਰ ਇੱਕ ਡਰਾਈਵਰ ਸੀਗਾ, ਦੋਨਾਂ ਦੀ ਮੌਤ ਹੋ ਗਈ। ਔਰ ਕਿਸੇ ਨਾਲ ਗੱਲਬਾਤ ਕੀਤੀ, ਕਿਸੇ ਨੇ ਕੋਈ ਹਾਦਸਾ ਸੀਸੀਟੀਵੀ ਵਿੱਚ ਸਾਰਾ ਕੁਛ ਕਿਵੇਂ ਹੋਇਆ, ਕੁਛ ਇਹੋ ਜਿਹੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਿਸੇ ਨੂੰ? ਰੋਡ ਦੇ ਕੋਈ ਸੀਸੀਟੀਵੀ ਸਰ ਨਹੀਂ ਸੀਗਾ, ਬਿਲਕੁਲ ਜਿਹੜੀ ਗੱਡੀ ਬਿਲਕੁਲ ਇੰਜਰਡ ਹੋ ਗਈ, ਬਿਲਕੁਲ ਖਤਮ ਹੋ ਗਈ। ਪੁਲਿਸ ਦੇ ਨਾਲ ਕੋਈ ਪੁਲਿਸ ਆਫੀਸਰ ਦੇ ਨਾਲ ਗੱਲਬਾਤ ਕੀਤੀ? ਪੁਲਿਸ ਨੇ ਕਿਹਾ ਵੀ ਅਸੀਂ ਇਸ ਦਾ ਮਾਮਲਾ ਜਿਹੜਾ ਦਰਜ ਕਰ ਲਿਆ, 174 ਦੀ ਕਾਰਵਾਈ ਕਰ ਦਿੱਤੀ। ਬਹੁਤ ਬਹੁਤ ਮਿਹਰਬਾਨੀ ਸੁਖਚੈਨ ਜੀ। ਔਰ ਬੜੀ ਦੁੱਖ ਭਰੀ ਖਬਰ ਹੈ ਦੋਸਤੋ ਕਿ ਮਤਲਬ ਦੋ ਨੌਜਵਾਨਾਂ ਦਾ ਇਸ ਦੁਨੀਆ 'ਚੋਂ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਦੁੱਖ ਹੈ। ਔਰ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਕਿਵੇਂ? ਮੇਰੇ ਬ੍ਰਦਰ ਸੀ ਬਰਿੰਦਰ ਸਿੰਘ ਜੀ। ਹਾਂਜੀ, ਕਿੱਥੋਂ ਆ ਰਹੇ? ਡੇਰਾ ਬਿਆਸ ਗਏ ਸੀ। ਹਾਂਜੀ, ਕਿਸੇ ਨੂੰ ਛੱਡਣ ਵਾਸਤੇ। ਹਾਂਜੀ, ਦੋਸਤ ਦੇ ਨਾਨਾ ਨਾਨੀ ਨੂੰ, ਅਤੇ ਰਸਤੇ 'ਚ ਰਾਤ ਹੋਣ ਦੇ ਕਾਰਨ ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ। ਕਿੰਨੀ ਕੁ ਉਮਰ ਸੀ ਇਹਨਾਂ ਦੀ? ਇਹਨਾਂ ਦੀ ਉਮਰ ਗਈ ਸੀ 32-33 ਸਾਲ ਦੀ। ਅਤੇ ਗੱਡੀ ਕਿਸ ਤਰ੍ਹਾਂ ਉੱਥੇ ਕਿਹਦੇ 'ਚ ਵੱਜੀ? ਗੱਡੀ ਜੀ ਮੋੜ ਪੈਣ ਦੇ ਕਾਰਨ ਸ਼ਪੈਦੇ ਜਾਣ ਅਟਕਰਾਈ ਜੀ। ਇਹ ਬਿਆਸ ਤੋਂ ਮਤਲਬ ਸ਼ਾਮੀ 7:15 ਵਜੇ ਇੱਧਰ ਆ ਰਹੇ ਸੀ ਵਾਪਸ ਗੁਰੂਵਾਰ ਸਾਹਿਬ ਨੂੰ, ਅਤੇ ਰਸਤੇ ਦੇ ਵਿੱਚ ਹੀ ਹੋਇਆ ਆਪਣੇ ਮੱਲਾਂ ਵਾਲੇ ਦੇ ਕੋਲ। ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਉੱਥੋਂ 7:15 ਵਜੇ ਬਿਆਸ ਤੋਂ ਤੁਰੇ ਇੱਧਰ ਆਉਣ ਵਾਸਤੇ, ਅਤੇ ਫਿਰ ਸਾਨੂੰ 10:30 ਵਜੇ ਇਨਫੋਰਮ ਕੀਤਾ ਐਂਬੂਲੈਂਸ ਵਾਲੇ 108 ਨੰਬਰ ਵਾਲੇ ਕਿ ਇੱਦਾਂ ਦਾ ਮਤਲਬ ਉਹਨਾਂ ਦੇ ਮੋਬਾਈਲ ਦੇ ਵਿੱਚ ਸ਼ਾਇਦ ਨੰਬਰ ਕੀ ਨਾਮ ਸੀ? ਹਾਂਜੀ, ਕੀ ਨਾਮ ਸੀ? ਕੀ ਨਾਮ, ਕਿੰਨੀ ਉਮਰ ਸੀ? ਟਵਿੰਕਲ ਸ਼ਰਮਾ ਜੀ। ਕਿੰਨੀ ਉਮਰ ਸੀ? ਕੀ ਮਾਮਲਾ ਸੀ? ਇਹ ਇਸ ਤਰ੍ਹਾਂ ਸਰ, ਬਲਵਿੰਦਰ ਸਿੰਘ ਸਾਨੂੰ ਬੰਤਾ ਸਿੰਘ ਅਤੇ ਉਹਦਾ ਇੱਕ ਗੁਆਂਢੀ ਸੀ ਮੁੰਡਾ, ਦੋਸਤ ਹੀ ਨੇ ਆਪਸ ਨੇ, ਇੱਕ ਟਵਿੰਕਲ ਸ਼ਰਮਾ ਸਾਨੂੰ ਪ੍ਰੇਮ ਲਾਲ ਰਠੌੜਾ ਮੁਹੱਲੇ ਦੇ ਨੇ ਗੁਰੂ ਰਸਾਈ ਦੇ, ਕਿ ਜਿਹੜਾ ਟਵਿੰਕਲ ਦੇ ਨਾਨੇ ਨੂੰ ਛੱਡਣ ਗਏ ਸੀ ਡੇਰਾ ਰਾਧਾ ਸਵਾਮੀ ਇਲਾਜ ਲਈ ਛੱਡਣ ਗਏ ਸੀ, ਦੁਪਹਿਰ ਸਮੇਂ ਗਏ ਸੀ ਇੱਕ ਨੂੰ 20/18/2020 ਨੂੰ, ਅਤੇ ਜਦੋਂ ਵਾਪਸ ਆਉਂਦੇ ਪਏ ਸੀ ਰਾਤ ਹੋ ਗਿਆ ਲੇਟ 10 ਵਜੇ ਦੇ ਕਰੀਬ, ਧੁੰਦ ਬੜੀ ਸੀ ਅਤੇ ਕਾਰ ਕਟੋਰਾ ਅਤੇ ਵਾਹਕਾ ਮੋੜ ਮੱਲਾਂਵਾਲਾ ਟੂ ਫਿਰੋਜ਼ਪੁਰ ਰੋਡ 'ਤੇ ਇਹ ਕਾਰ ਮੋੜ ਦੇ ਉੱਤੇ ਆ ਕੇ ਸ਼ਪੈਦੇ ਨਾਲ ਟਕਰਾ ਗਈ। ਸ਼ਪੈਦੇ ਨਾਲ ਟਕਰਾਉਣ ਕਰਕੇ ਇਹਨਾਂ ਦੋਨਾਂ ਦੇ ਗੰਭੀਰ ਸੱਟਾਂ ਲੱਗ ਗਈਆਂ। ਗੰਭੀਰ ਸੱਟਾਂ ਲੱਗਣ ਉਪਰੰਤ ਇਹਨਾਂ ਨੂੰ 108 ਐਂਬੂਲੈਂਸ ਲੈ ਕੇ ਆਈ ਇੱਥੇ ਆਪਣੇ ਫਿਰੋਜ਼ਪੁਰ ਸਿਵਲ ਹੋਸਪਿਟਲ 'ਚ। ਡਿਊਰਿੰਗ
ਟ੍ਰੀਟਮੈਂਟ ਇਲਾਜ ਉਹਨਾਂ ਦੀ ਡੈਥ ਹੋ ਗਈ। ਹੁਣ ਇਹ ਕਾਰ ਵੀ 174 CRPC ਆ ਰਹੀ ਹੈ। ਇਹ ਹਾਦਸਾ ਕੁਦਰਤੀ ਅਚਾਨਕ ਵਾਪਰਿਆ ਅਤੇ ਉਹਨਾਂ ਦੇ ਰਿਸ਼ਤੇਦਾਰ ਸਾਰੇ ਹਾਜ਼ਰ ਨੇ। ਇਹ ਕਾਰ ਵੀ ਆਪਾਂ ਵਿੱਚ ਜਾਂਦੀ ਹੈ 174 CRPC। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣ ਕੀਤਾ ਕਰਾਇਆ ਜਾਦੂ ਟੋਣਾ ਗ੍ਰਹਿ ਲਈ ਕਾਰੋਬਾਰ ਅਤੇ ਵਿਦੇਸ਼ ਸੰਬੰਧੀ ਆਪਣੀ ਹਰ ਸਮੱਸਿਆ ਬਾਰੇ ਤੁਸੀਂ ਪੰਡਿਤ ਜੀ ਨੂੰ ਬਿਨਾਂ ਦੱਸੇ ਜਾਣ ਸਕਦੇ ਹੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣ।